ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਟਿਊਬ ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ। ਅੱਜ ਜੋ ਆਪਾਂ ਵੀਡੀਓ ਲੈ ਕੇ ਆਏ ਹਾਂ ਜੀ, ਜੋ ਗਾਇਕ ਆ ਵੀਰਾ ਅਮਰ ਸੈਂਪੀ, ਅਤੇ ਜਿਹਦਾ ਬਹੁਤ ਸੋਹਣਾ ਹੁਣ ਗਾਣਾ ਆਇਆ ਜੀ, ਅਣਖੀ ਸੌਂਗ। ਅਤੇ ਜਿਨ੍ਹਾਂ ਨੇ ਨਹੀਂ ਦੇਖਿਆ ਜੀ, ਸਭ ਤੋਂ ਪਹਿਲਾਂ ਉਹ ਗਾਣਾ ਜ਼ਰੂਰ ਦੇਖੇ। ਉਹਨਾਂ ਦੀ ਜੋ ਪੱਗ ਆ ਉਹਦੇ ਨਾਲ ਦੀ ਸ਼ੇਪ ਦੀ ਆਪਾਂ ਵੀਡੀਓ ਲੈ ਕੇ ਆਏ ਹਾਂ। ਪੱਗ ਦੀ ਪੂਣੀ ਕਰ ਲੈਣੀ ਆ ਜੀ, ਉਸ ਤੋਂ ਬਾਅਦ ਪਹਿਲਾ ਲੜ ਉਹਦੇ ਵਿੱਚ ਵਲ ਪਾ ਲੈਣੇ ਨੇ ਸਿਰ ਦੇ, ਹੈ ਨਾ, ਬਿਲਕੁਲ ਉੱਪਰੋਂ ਲੜ ਲਿਆ ਕੇ ਟਿੱਡਾ ਲਗਾਉਣਾ ਹੈ ਬਿਲਕੁਲ, ਜਿਸ ਤਰ੍ਹਾਂ ਆਪਾਂ ਹੋਰਾਂ ਪੱਗਾਂ ਦੇ ਵਿੱਚ ਜੋ ਲੜ ਆਪਾਂ ਸੈਂਟਰ ਚੋਂ ਲਿਆਉਣਾ, ਇਹ ਥੋੜ੍ਹਾ ਸਾਈਡ ਤੋਂ ਟੇਢਾ ਕਰਕੇ ਲਾਉਣਾ ਹੈ। ਉੱਪਰਲੇ ਪਾਸੇ ਲੜਾਂ ਵਾਲੇ ਪਾਸੇ ਜੋ ਲੜਾ ਜਿਵੇਂ ਪੂਣੀ ਹੈ ਬਿਲਕੁਲ ਉਸੇ ਤਰ੍ਹਾਂ ਉੱਪਰ ਲੈ ਜਾਣਾ ਹੈ, ਬਿਨਾਂ ਕਿਸੇ ਪਾਸਿਓਂ ਸਾਫ਼ ਕੀਤੇ ਉਹਨੂੰ। ਉਹਦੇ ਵਿੱਚ ਜੋ ਵਲ ਨੇ ਉਹਨਾਂ ਵਲ ਪਾ ਕੇ ਬਿਲਕੁਲ ਹਲਕਾ ਜਿਹਾ ਅੰਗੂਠੇ ਦੀ ਮਦਦ ਦੇ ਨਾਲ ਹਲਕਾ ਜਿਹਾ ਖੜਾ ਕੇ ਜੋ ਉਹ ਦੂਸਰਾ ਲੜ ਹੈ ਉਹ ਬਿਲਕੁਲ ਸਾਫ਼ ਜੋ ਹੈ ਪਲੇਨ ਲਗਾ ਦੇਣਾ ਹੈ। ਜੋ ਉਹਦੇ ਵਿੱਚ ਵਲ ਨੇ ਉਹ ਬਿਲਕੁਲ ਥੱਲੇ ਲਾਉਣੇ ਨੇ। ਉਸ ਤੋਂ ਬਾਅਦ ਲੜਾਂ ਵਾਲੇ ਪਾਸਿਓਂ ਅਗਲਾ ਲੜ ਜੋ ਦੂਸਰਾ ਲੜ ਲਗਾਇਆ ਸੀ ਉਹਦੇ ਬਿਲਕੁਲ ਉੱਪਰ ਲੈ ਜਾਣਾ ਹੈ, ਅਤੇ ਉਹਨੂੰ ਹੱਥਾਂ ਦੇ ਨਾਲ ਥੋੜ੍ਹਾ ਜਿਹਾ ਥੱਲੇ ਲਿਆਉਣਾ ਹੈ। ਅਤੇ ਫਰੰਟ ਤੋਂ ਫੇਰ ਉਹ ਉਸੇ ਤਰ੍ਹਾਂ ਹੀ ਜੋ ਪੂਣੀ ਆ ਉਹਦੇ ਜੋ ਦੋਨੇ ਖੁੱਲ੍ਹਦੇ ਪਾਸੇ ਨੇ ਉਹਨਾਂ ਦੇ ਵਿੱਚ ਜੋ ਵਲ ਨੇ ਉਹਨਾਂ ਨੂੰ ਨੇੜੇ ਕਰਕੇ ਸੈਟਿੰਗ ਕਰ ਲੈਣੀ ਆ। ਉਸ ਤੋਂ ਬਾਅਦ ਕਿਸੇ ਪਾਸੇ ਮੋੜਨਾ ਨਹੀਂ, ਹਲਕਾ ਜਿਹਾ ਅੰਗੂਠੇ ਦੇ ਨਾਲ ਦੱਬ ਕੇ ਬਿਲਕੁਲ ਸਿੱਧਾ ਜੋ ਤੀਸਰਾ ਆਪਣਾ ਲੜ ਹੈ ਉਹ ਆਪਾਂ ਲਗਾ ਦੇਣਾ ਹੈ। ਇਹ ਪੱਗ ਦੀ ਸ਼ੇਪ ਲਿਆਉਣ ਦੇ ਲਈ ਤੁਸੀਂ ਸਾਈਡ 'ਤੇ ਹਲਕਾ ਜਿਹਾ ਕੋਈ ਕੱਪੜਾ ਵਗੈਰਾ ਬੰਨ ਸਕਦੇ ਹੋ, ਅਤੇ ਜੋ ਪਹਿਲਾ ਲੜ ਆ ਉਹ ਬਿਲਕੁਲ ਸਾਈਡ ਤੋਂ ਟੇਢਾ ਲਿਆਉਣਾ ਹੈ। ਉਸ ਤੋਂ ਬਾਅਦ ਜੋ ਅਗਲਾ ਲੜ ਹੈ ਉੱਪਰ ਪਾਸਿਓਂ ਹਲਕਾ ਜਿਹਾ ਥੱਲੇ ਲਿਆਉਣਾ ਹੈ। ਅਤੇ ਫਰੰਟ ਤੋਂ ਜੋ ਤਰੀਕਾ ਬਿਲਕੁਲ ਪਹਿਲਾਂ ਵਾਲਾ ਹੀ ਹੈ ਜੀ, ਬਿਲਕੁਲ ਜੋ ਬਲਾਂ ਦੀ ਸੈਟਿੰਗ ਆ ਉਹਨਾਂ ਨੂੰ ਇੱਕੋ ਜਿਹਾ ਕਰਕੇ ਲਗਾ ਦੇਣਾ ਹੈ। ਕੋਸ਼ਿਸ਼ ਕਰਨੀ ਆ ਜੋ ਪੱਗ ਬੰਨਣ ਵੇਲੇ ਜੋ ਤੁਸੀਂ ਪੱਗ ਬੰਨ ਰਹੇ ਹੋ ਜੀ ਉਹਦੀ ਜੋ ਪੂਣੀ ਕੀਤੀ ਜਾਂਦੀ ਆ ਉਹ ਤੁਸੀਂ ਥੋੜ੍ਹੀ ਜਿਹੀ ਚੌੜਾਈ ਦੇ ਵਿੱਚ ਕਰੋ, ਅਤੇ ਜ਼ਿਆਦਾ ਪੂਣੀ ਦੇ ਵਿੱਚ ਸਫਾਈ ਲਿਆਉਣ ਦੀ ਬਿਲਕੁਲ ਲੋੜ ਨਹੀਂ ਹੈਗੀ। ਉਸ ਤੋਂ ਬਾਅਦ ਜੋ ਅਗਲਾ ਲੜ ਹੈ ਉਹਨੂੰ ਜੋ ਲੜ ਲੱਗੇ ਨੇ ਉਹਨਾਂ ਤੋਂ ਹਲਕਾ ਜਿਹਾ ਥੱਲੇ ਰੱਖ ਲੈਣਾ ਹੈ। ਖਿਆਲ ਰੱਖਣਾ ਜੀ ਜੋ ਪੂਣੀ ਦਾ ਆਪਾਂ ਮੋਟਾ ਪਾਸਾ ਮਟਾਈ ਉਹ ਬਿਲਕੁਲ ਉੱਪਰ, ਅਤੇ ਪਤਲਾ ਪਾਸਾ ਜੋ ਪੱਲਾ ਉਹ ਆਪਣਾ ਬਿਲਕੁਲ ਥੱਲੇ ਰੱਖਣਾ ਹੈ। ਅਤੇ ਸ਼ੇਪ ਜੋ ਆ ਸੈਮੀ ਪਟਿਆਲਾ ਜੀ, ਜਿੱਥੋਂ ਸੈਂਟਰ ਦੇ ਵਿੱਚ ਆਪਾਂ ਮੋੜਦੇ ਹਾਂ ਉੱਥੋਂ ਅੰਗੂਠਾ ਲਗਾ ਲੈਣਾ ਹੈ, ਉਹ ਤੋਂ ਥੋੜ੍ਹਾ ਅੱਗੇ ਤੱਕ ਜੋ ਸ਼ੇਪ ਆ ਹਲਕੀ ਜਿਹੀ ਬਾਹਰ ਕੱਢ ਕੇ ਉਸ ਤੋਂ ਬਾਅਦ ਸਿੱਧਾ ਜੋ ਲੜ ਹੈ ਉਹ ਆਪਾਂ ਲਗਾ ਦੇਣਾ ਹੈ। ਉਸ ਤੋਂ ਬਾਅਦ ਜੋ ਅਗਲਾ ਲੜ ਹੈ ਉਹ ਵੀ ਬਿਲਕੁਲ ਉਹਦੇ ਉੱਪਰ ਲੈ ਜਾਣਾ ਹੈ, ਜਿਸ ਤਰ੍ਹਾਂ ਆਪਾਂ ਸੈਮੀ ਪਟਿਆਲਾ ਪੱਗ ਬੰਨਦੇ ਹਾਂ। ਉੱਪਰਲੇ ਪਾਸਿਓਂ ਉਹਨੂੰ ਬਿਲਕੁਲ ਸਿੱਧਾ ਜੋ ਹੈ ਉਹ ਲਗਾ ਦੇਣਾ ਹੈ, ਸੈਂਟਰ ਤੋਂ ਹਲਕਾ ਜਿਹਾ ਮੋੜ ਕੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਅੱਗੇ ਤੱਕ ਜੋ ਸਾਈਡ ਹੈ ਬਾਹਰ ਕੱਢ ਕੇ ਉਸ ਤੋਂ ਬਾਅਦ ਜੋ ਸ਼ੇਪ ਆ ਉਹ ਬਿਲਕੁਲ ਨਾਲ ਬਿਠਾ ਦੇਣੀ ਆ, ਅਤੇ ਜੋ ਵਾਲਾਂ ਦੀ ਸੈਟਿੰਗ ਆ ਉਹ ਉਹਨਾਂ ਨੂੰ ਹਲਕਾ ਹਲਕਾ ਨੇੜੇ ਨੇੜੇ ਕਰਕੇ ਇੱਕੋ ਜਿਹੇ ਕਰ ਦੇਣੇ ਨੇ। ਜੋ ਵੀਰ ਫੁੱਲ ਵੈਲ ਬੰਨਦੇ ਆ ਜੀ ਉਹ ਪੱਗ ਫੁੱਲ ਵੈਲ ਬੰਨਣ, ਰੂਬੀਆ ਵਾਲੇ ਰੂਬੀਆ।
ਅਤੇ ਜੋ ਵੀ ਵੀਰ ਪੁੱਛਦੇ ਆ ਜੀ ਇਹਦੇ ਪੱਗ ਬਾਰੇ, ਰੂਬੀਆ ਜਾਂ ਫੁੱਲ ਬੈਲ ਬਾਰੇ ਉਹਨਾਂ ਨੂੰ ਦੱਸਾਂ ਜੀ। ਫਰਕ ਸਿਰਫ ਇੰਨਾ ਹੁੰਦਾ, ਜੋ ਰੂਬੀਆ ਦੀ ਪੱਗ ਆ ਉਹ ਫੁੱਲ ਬੈਲ ਨਾਲੋਂ ਭਾਰੀ ਹੁੰਦੀ ਆ, ਜਿੰਨੀ ਸ਼ੇਪ ਫੁੱਲ ਬੈਲ ਦੀ ਬਣਨੀ ਆ ਰੂਬੀਆ ਦੀ ਉਹ ਤੋਂ ਵੱਡੀ ਬਣੇਗੀ। ਜਿਨ੍ਹਾਂ ਜੋ ਵੀਰ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਸ਼ਾਹੀ ਪੱਗ ਆ, ਇੱਕ ਤੋਂ ਦੋ ਲੜ, ਤਿੰਨ, ਜਿੰਨੇ ਵੀ ਮਲਟੀ ਲੜ ਬਣਾਉਣੇ ਆ ਉਹ ਜ਼ਿਆਦਾ ਜੋ ਪ੍ਰੈਫਰੈਂਸ ਹੈਗੀ ਆ ਆਪਣੀ ਰੂਬੀਆ ਪੱਗ ਨੂੰ ਦੇਣ, ਕਿਉਂਕਿ ਫੁੱਲ ਬੈਲ ਬਣਨੀ ਔਖਿਆ ਹੈ, ਹਲਕੀ ਹੋਣ ਕਰਕੇ ਉਹਦੇ ਡਬਲ ਲੜ ਬਣ ਜਾਂਦੇ ਆ, ਸ਼ੇਪ ਨਹੀਂ ਆਉਂਦੀ। ਇਸ ਕਰਕੇ ਰੂਬੀਆ ਪੱਗ ਜ਼ਿਆਦਾ ਵਧੀਆ। ਜੋ ਇਹ ਵਾਲੇ ਸਟਾਈਲ ਦੇ ਵਿੱਚ ਜੋ ਬੰਨਦੇ ਆ ਵੀਰ, ਉਹ ਜੋ ਪੱਗ ਪਹਿਲਾਂ ਬੰਨਦੇ ਆ ਉਹੀ ਬੰਨ ਸਕਦੇ ਆ, ਇਹਦੇ ਵਿੱਚ ਕੋਈ ਇੱਦਾਂ ਖਾਸ ਮੈਟਰ ਨਹੀਂ ਕਰਦਾ। ਜੋ ਆਪਣਾ ਲਾਸਟ ਲੜ ਲਗਾਉਣਾ ਉਹਦੇ ਵਿੱਚ ਉਹਨੂੰ ਸਾਫ਼ ਨਹੀਂ ਕਰਨਾ ਹੈਗਾ, ਜਿਸ ਤਰ੍ਹਾਂ ਕਿ ਸਿੱਧਾ ਪਹਿਲਾਂ ਆਪਣੇ ਕੋਲ ਹੈ ਉਹ ਬਿਲਕੁਲ ਉਹਨੂੰ ਉਸੇ ਤਰ੍ਹਾਂ ਸੈਟਿੰਗ ਕਰਕੇ ਬਿਲਕੁਲ ਉੱਪਰ ਲੈ ਜਾਣਾ ਹੈ, ਅਤੇ ਉਹਦੇ ਬਿਲਕੁਲ ਨੇੜੇ ਲਿਆ ਕੇ ਜਿੱਥੇ ਲਾਸਟ ਲੜ ਲਗਾਉਣਾ ਹੈ ਲਗਾਉਣ, ਜਿੱਥੇ ਲੜ ਦੇ ਐਨ ਐਂਡ ਹੋ ਜਾਂਦਾ ਉੱਥੋਂ ਉਹਦੀ ਚੜਾਈ ਜੋ ਹੈ ਹਲਕੀ ਜੀ ਉਹ ਘਟਾ ਦੇਣੀ ਹੈ, ਅਤੇ ਜਿੱਥੇ ਲੜ ਲਗਾਉਣਾ ਹੈ ਉਨੀ ਸ਼ੇਪ ਪੱਗ ਦੀ ਬਿਲਕੁਲ ਲੱਭਣੀ ਨਹੀਂ ਹੈਗੀ, ਸਾਈਡ ਤੋਂ ਹਲਕੀ ਜਿਹੀ ਕੱਢ ਕੇ ਉਸ ਤੋਂ ਬਾਅਦ ਜੋ ਆ ਸ਼ੇਪ ਉਹ ਨਾਲ ਲਗਾ ਦੇਣੀ ਹੈ। ਉਸ ਤੋਂ ਬਾਅਦ ਜੋ ਆਪਣਾ ਸੈਟ ਰੱਖਣਾ ਹੈ ਉਹਦੇ ਲਈ, ਜੋ ਆਪਾਂ ਸਭ ਤੋਂ ਪਹਿਲਾਂ ਲੜ ਲਗਾਇਆ ਸੀ ਉਹਨੂੰ ਉੱਪਰ ਵੱਲ ਖਿੱਚ ਕੇ ਚੰਗੀ ਤਰ੍ਹਾਂ ਖੋਲ੍ਹ ਲੈਣਾ ਹੈ, ਦੋਨਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਉਹਨੂੰ ਢੱਕ ਦੇਣਾ ਹੈ, ਹੱਥਾਂ ਦੇ ਨਾਲ ਵੀ ਢੱਕ ਸਕਦੇ ਹੋ, ਜੇਕਰ ਸਿਲਾਈ ਜਾਂ ਬਾਜ ਦੀ ਮਦਦ ਲੈ ਕੇ ਢੱਕ ਸਕਦੇ ਹੋ, ਜਿੱਦਾਂ ਤੁਹਾਨੂੰ ਠੀਕ ਆ ਉੱਦਾਂ ਤੁਸੀਂ ਕਰ ਸਕਦੇ ਹੋ, ਦੋਨਾਂ ਤਰੀਕਿਆਂ ਨਾਲ ਵੀ ਕਰ ਲਓ ਜ਼ਿਆਦਾ ਵਧੀਆ। ਕਈਆਂ ਜਿਨ੍ਹਾਂ ਵੀਰਾਂ ਨੂੰ ਸੈੱਟ ਰੱਖਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜੀ, ਉਹ ਡਬਲ ਸ਼ੀਸ਼ਾ ਜੋ ਹੈ ਵਰਤ ਸਕਦੇ ਆ, ਇੱਕ ਫਰੰਟ ਮਿਰਰ ਅਤੇ ਇੱਕ ਮਿਰਰ ਹੋਰ ਲੈ ਕੇ ਉਹਦੇ ਉੱਪਰਲੇ ਪਾਸਿਓਂ ਥੱਲੇ ਸ਼ੀਸ਼ੇ ਜੋ ਫਰੰਟ ਅਤੇ ਉਹਦੇ ਵਿੱਚ ਦੀ ਦੇਖ ਕੇ ਡਬਲ ਸ਼ੀਸ਼ੇ ਦੀ ਵਰਤੋਂ ਕਰਕੇ ਜੋ ਉੱਪਰੋਂ ਸਿਰ ਆ ਉਹ ਚੰਗੀ ਤਰ੍ਹਾਂ ਢੱਕ ਸਕਦੇ ਹੋ। ਉਮੀਦ ਹੈ ਜੀ ਵੀਡੀਓ ਪਸੰਦ ਆਵੇਗੀ, ਅਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ। ਬਾਕੀ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜੀ ਚੈਨਲ